बीते दिन समराला विखे सुखबीर बादल की फेरी दौरान विरोध कर रहे किसानों उपर वक्-वक् धाराओं अधीन मुकदमे दर्ज करने के विरोध वक्-वक् जथेबंदियों ने समराला एस डी एम दफ्तर बाहर पक्का मोर्चा लगाया। परचा रद्द करवाने की मांग लैके पक्का मोर्चा लगाया गया है। इस मोर्चे च पुजे किसानों आगू ने कहा कि सुखबीर बादल का विरोध लोकतांत्रिक तरीके नाल कर रहे किसानों खिलाफ झूठा केस दर्ज किया गया है, जिसनों लैके एस एस पी खन्ना नूं मिल के मांग की गई सी कि 29 सितंबर तक परचा रद्द किया जाए। जनहितैषी टीआरपी नहीं खरीदते, भरोसा जीते हैं हम। ਹੈਲੋ ਜਗਤਾਰ ਸਿੰਘ ਤਲਵੰਡੀ ਹੈ ਜੀ, ਨੌਜਵਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦਾ ਮੈਂ ਸੂਬਾ ਮੈਂਬਰ ਹਾਂ ਜੀ। ਦੇਖੋ ਜੀ, ਜਿਸ ਤਰੀਕੇ ਨਾਲ ਸਾਰੇ ਵਰਲਡ ਨੂੰ ਪਤਾ ਕਿਸਾਨਾਂ ਦਾ ਜੋ 3 ਇਹਨਾਂ ਨੇ ਆਰਡੀਨੈਂਸ ਲਿਆਂਦੇ ਸੀ, ਉਹ ਆਰਡੀਨੈਂਸ ਨੂੰ ਲੈ ਕੇ ਸੰਘਰਸ਼ ਵਿੱਢਿਆ ਗਿਆ ਸੀ, ਜਿਹਦੇ ਵਿੱਚ ਮੋਸਟਲੀ ਹਿੰਦੁਸਤਾਨ ਦੀਆਂ ਜਿਹੜੀਆਂ ਟੌਪ ਦੀਆਂ ਸਰਕਾਰਾਂ ਸਾਰੀਆਂ ਨੇ ਉਹ ਕਾਨੂੰਨ ਬਣਾਉਣ ਦੇ ਵਿੱਚ ਮਦਦ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਬਹੁਤ ਵੱਡਾ ਰੋਲ ਪਲੇ ਕੀਤਾ ਸੀ, ਤੁਹਾਨੂੰ ਸਾਰਿਆਂ ਨੂੰ ਪਤਾ, ਦੱਸਣ ਦੀ ਲੋੜ ਨਹੀਂ, ਪਿਓ ਦਾਦਿਆਂ ਨੇ ਸਾਰਿਆਂ ਨੇ ਆ ਕੇ ਉਹ ਕਾਨੂੰਨ ਦੇ ਫਾਇਦੇ ਗਿਣਾਏ ਸੀ। ਪਰ ਜਦੋਂ ਦੇਖਿਆ ਵੀ ਕਿਸਾਨਾਂ ਦਾ ਰੋਹ ਭਟਕ ਗਿਆ ਤੇ ਅਸੀਂ ਇਸੇ ਪਿੰਡਾਂ ਦੇ ਵਿੱਚ ਵੜਨਾ, ਇੱਥੋਂ ਫੇਰ ਦੁਬਾਰੇ ਰਾਜ ਸੱਤਾ ਪ੍ਰਾਪਤ ਕਰਨੀਆਂ, ਕੁਰਸੀਆਂ ਪ੍ਰਾਪਤ ਕਰਨੀਆਂ, ਤੇ ਇਹਨਾਂ ਨੇ ਮੁੜ ਕੇ ਡਰਾਮੇ ਸਟਾਰਟ ਕੀਤੇ ਅਸਤੀਫਿਆਂ ਦੇ। ਲੋਕਾਂ ਨੇ ਉਹ ਅਸਤੀਫਿਆਂ ਨੂੰ ਨਕਾਰਤਾ, ਥਾਂ ਥਾਂ ਤੇ ਇਹਨਾਂ ਦਾ ਵਿਰੋਧ ਹੋਣ ਲੱਗਿਆ, ਫਿਰ ਇਹਨਾਂ ਨੂੰ ਅੱਗੇ ਆਪਦੀ ਸਿਆਸਤ ਚਮਕਾਉਣ ਦੇ ਲਈ ਅੱਗੇ ਇਲੈਕਸ਼ਨਾਂ ਦਿਖੀਆਂ। ਇੱਕ ਪਾਸੇ ਸਾਡਾ ਸੰਘਰਸ਼ ਚੱਲਦਾ ਦਿੱਲੀ ਦੇ ਬਾਰਡਰਾਂ ਤੇ, ਅਸੀਂ ਸੈਂਟਰ ਸਰਕਾਰ ਨਾਲ ਭਿੜ ਰਹੇ ਹਾਂ, ਇਹੋ ਜਿਹੇ ਲੀਡਰਾਂ ਨਾਲ ਭਿੜ ਰਹੇ ਹਾਂ, ਉੱਤੋਂ ਦੀ ਇਹ ਪਿੰਡਾਂ ਦੇ ਵਿੱਚ ਫੇਰੀਆਂ ਕਰਕੇ ਆਪਦੀ ਇਲੈਕਸ਼ਨ ਦੇ ਲਈ ਲੋਕਾਂ 'ਚ ਪ੍ਰਚਾਰ ਕਰਦੇ, ਜਦਕਿ ਸੰਯੁਕਤ ਮੋਰਚੇ ਲਈ ਇਹ ਹਦਾਇਤ ਕੀਤੀ ਗਈ ਆ ਵੀ ਇਹ ਨਹੀਂ ਹੋਣ ਦਿੱਤਾ ਜਾਊਗਾ। ਉਸ ਦੇ ਬਾਵਜੂਦ ਨਸ਼ੇ 'ਚ ਅੰਨੇ ਹੋਏ ਅਕਾਲੀ ਕਾਂਗਰਸੀਆਂ ਦੇ ਗੱਠਜੋੜ ਨੇ ਥਾਂ ਥਾਂ 'ਤੇ ਜਿਹੜੀਆਂ ਰੈਲੀਆਂ ਕੀਤੀਆਂ, ਉਹ ਇੱਥੇ ਵੀ ਕੀਤੀਆਂ। ਉੱਥੇ ਸਾਡੇ ਨੌਜਵਾਨ ਜਿਹੜੇ ਨੌਜਵਾਨ ਸੀ ਜਾਂ ਜੋ ਵੀ ਸਾਡੇ ਕਿਸਾਨ ਸੀਗੇ, ਉਹਨਾਂ ਨੇ ਬੜਾ ਸ਼ਾਂਤਮਈ ਢੰਗ ਨਾਲ ਇਹਨਾਂ ਦਾ ਵਿਰੋਧ ਕੀਤਾ ਜੀ। ਤੁਸੀਂ ਦੱਸੋ ਜੀ, ਸਾਡੇ ਨਾ ਦੁਨੀਆਂ ਦੇ ਵਿੱਚ ਜਿੱਥੇ ਵੀ ਸਾਡੇ ਲੀਡਰ ਜਾਂਦੇ ਆ ਉਹ ਇੱਕ ਹੀ ਗੱਲ ਕਹਿੰਦੇ ਆ ਵੀ ਜੀ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ, ਜਾਂ ਤਾਂ ਸਾਨੂੰ ਲੋਕਤੰਤਰ ਪੜ੍ਹਨਾ ਨਹੀਂ ਆਇਆ, ਸਮਝਣਾ ਨਹੀਂ ਆਇਆ, ਜਾਂ ਸਮਝਾ ਦੇਣ, ਲੋਕਤੰਤਰ ਦੇ ਵਿੱਚ ਅਸੀਂ ਆਪਦਾ ਪੱਖ ਰੱਖ ਸਕਦੇ ਹਾਂ, ਸਾਨੂੰ ਹੱਕ ਆ, ਇਹ ਦਿੰਦਾ ਸਾਨੂੰ ਹੱਕ ਸਾਡਾ ਲੋਕਤੰਤਰ। ਜੇ ਇੱਥੇ ਕੀਤਾ ਫਿਰ ਇਹਨਾਂ ਨੇ ਸਰਕਾਰਾਂ ਨੇ ਰਲ ਕੇ ਆਪਸ ਵਿੱਚ ਪੁਲਿਸ ਦੀ ਸਹਾਇਤਾ ਦੇ ਨਾਲ ਆਪ ਹੀ ਪਥਰਾ ਕਰਕੇ ਆਪ ਹੀ ਭੰਨ ਤੋੜ ਕਰਕੇ ਇੱਕ ਮਿੱਤੀ ਹੋਈ ਸਾਜ ਦੇ ਅਧੀਨ ਨੌਜਵਾਨਾਂ 'ਤੇ ਤੇ ਬਾਕੀ ਬੰਦਿਆਂ ਦੇ ਪਰਚੇ ਦੇ ਤੇ। ਦੱਸੋ ਜੀ, ਇਹ ਲੋਕਤੰਤਰ ਆ? ਕਿਹੜੀ ਕਾਰਵਾਈ ਸੀ ਜਿਹੜੀ ਉਹਨਾਂ ਨੇ ਕਰਤੀ ਸੀ? ਇਹ ਇੱਕ ਮਿਤੀ ਸਾਜ ਦੇ ਤਹਿਤ ਕੀਤਾ, ਤੇ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਹਰਕਤਾਂ ਤੋਂ ਬਾਜ਼ ਆ ਜਾਣ, ਕਿਤੇ ਮਜਬੂਰ ਹੋ ਕੇ ਸਾਨੂੰ ਤਿੱਖਾ ਤੇ ਵੱਡਾ ਸੰਘਰਸ਼ ਨਾ ਵਿੱਢਣਾ ਪਵੇ, ਉਹ ਬੜਾ ਖਤਰਨਾਕ ਹੋਊਗਾ। ਇਹ ਨਜਾਇਜ਼ ਪਰਚੇ ਜਿਹੜੇ ਕੀਤੇ ਆ ਇਹ ਵਾਪਸ ਲੈਣ, ਸਾਡੀ ਇਹੀ ਮੰਗ ਆ ਇਹਨਾਂ ਤੋਂ। ਮੇਰਾ ਨਾਮ ਪਰਮਿੰਦਰ ਤਿਵਾੜੀ ਆ। ਅੱਜ ਅਸੀਂ ਇੱਥੇ ਜੋ ਮਾਛਵਾੜੇ ਸੁਖਬੀਰ ਬਾਦਲ ਸਾਹਿਬ ਨੇ ਰੈਲੀ ਕੀਤੀ ਸੀ, ਉਹਦੇ ਵਿੱਚ ਲੋਕਾਂ ਦੇ ਵਿੱਚ ਰੋਸ ਇੰਨਾ ਜ਼ਿਆਦਾ ਸੀਗਾ। ਇੱਕ ਤਾਂ ਕਿਸਾਨੀ ਸੰਘਰਸ਼ ਚੱਲਦਾ ਹੋਣ ਕਰਕੇ ਉਹ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਲੋਕ ਸੀਗੇ, ਵਿੱਚ ਸਾਡੇ ਅਕਾਲੀ ਦਲ ਵਾਲੇ ਬਹੁਤ ਵੀਰ ਸੀਗੇ ਜਿਹੜੇ ਉੱਥੇ, ਜਿਨ੍ਹਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ ਸਿਰਫ ਕਿਸਾਨੀ ਸੰਘਰਸ਼ ਕਰਕੇ। ਪਰ ਇਹਨਾਂ ਨੇ ਉਸ ਚੀਜ਼ ਨੂੰ ਬਾਅਦ ਦੇ ਵਿੱਚ ਇਹ ਬਣਾਇਆ ਵੀ ਇਹ ਜੀ ਕਾਂਗਰਸ ਦੇ ਲੋਕ ਦੀ ਹੈ, ਫਲਾਨੀ ਪਾਰਟੀ ਦੇ ਸੀਗੇ, ਧਮਕੀ ਪਾਰਟੀ ਦੇ ਸੀਗੇ। ਇਹਨਾਂ ਲੋਕਾਂ ਨੂੰ ਪੁੱਛਣ ਵਾਲਿਆ ਹੋਵੇ ਸਾਨੂੰ ਕਿਹੜਾ ਤਨਖਾਹਾਂ ਲੱਗੀਆਂ ਹੋਈਆਂ ਨੇ, ਜਾਂ ਕੋਈ ਸਾਡੇ ਪੱਕੇ ਐਗਰੀਮੈਂਟ ਕੱਢ ਕੇ ਦਿਖਾਉਣ ਇਹ ਵੀ ਇਹ ਕਾਂਗਰਸ ਦੇ ਨੇ ਇਹਨਾਂ ਨੂੰ ਤਨਖਾਹ ਲੱਗੀ ਹੈ। ਤਾਂ ਜਗਜੀਤ ਸਿੰਘ ਜੀ ਲੈਂਦੇ ਨੇ 15,000, ਜਗਜੀਤ ਸਿੰਘ ਜੀ 1.25 ਲੱਖ ਰੁਪਈਆ ਤਨਖਾਹ ਲੈਂਦੇ ਨੇ, ਇਹਨਾਂ ਦੀ ਕੋਈ ਜੌਬ ਹੈ ਕਾਂਗਰਸ ਦੇ ਵਿੱਚ? ਅਸੀਂ ਜਿੰਨਾ ਚਿਰ ਕਿਸਾਨੀ ਸੰਘਰਸ਼ ਹੈ ਅਸੀਂ ਇਹਦੇ ਨਾਲ ਖੜੇ ਹਾਂ। ਇਹ ਸੁਖਬੀਰ ਬਾਦਲ ਇਸ ਗੱਲੋਂ ਭੱਜ ਰਿਹਾ, ਸਾਡਾ ਰੋਸ ਕਰਨ ਦਾ ਅਧਿਕਾਰ ਹੈ ਸਾਨੂੰ, ਸਾਨੂੰ ਰੋਸ ਹੈ ਬਾਦਲ ਦੀ ਫੈਮਿਲੀ 'ਤੇ। ਇਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਵਾਲਿਆਂ ਨੇ ਜੋ ਹਲਕੇ ਵਿੱਚ ਕੀਤਾ ਤਾਂ ਹੀ ਤਾਂ ਅੱਜ ਤੱਕ ਅਕਾਲੀ ਦਲ ਦੀ ਇੱਥੇ ਕੋਈ ਹੁਣ ਤੱਕ ਹਲਕੇ ਦੇ ਵਿੱਚ ਬੁਝਾਰਤ ਨਹੀਂ ਆਈ, ਇਸੇ ਕਰਕੇ ਨਹੀਂ ਆਈ। ਅਕਾਲੀ ਦਲ ਬੜਾ ਕਮਜ਼ੋਰ ਹੋ ਚੁੱਕਿਆ, ਬਹਲਾਟ ਚੁੱਕਿਆ। ਅਸੀਂ ਸਾਨੂੰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਵੀ ਅਕਾਲੀ ਦਲ ਵੱਲੋਂ ਸਾਡੇ ਦੇ ਪਰਚੇ ਕੀਤੇ ਜਾਂਦੇ, ਸਾਡੇ ਬੰਦਿਆਂ ਦੇ ਪਰਚੇ ਕੀਤੇ ਜਾਂਦੇ ਨੇ। ਜਿਹੜਾ ਜਗਜੀਤ ਸਿੰਘ ਅਤੇ ਹੋਰ ਜਿਹੜੇ 14 ਬੰਦੇ ਨਾਲ ਨੇ, ਇਹਨਾਂ 'ਤੇ ਬਿਲਕੁਲ ਇਹ ਜਿਹੜੇ ਨਜਾਇਜ਼ ਪਰਚੇ ਹੋਏ ਹੋਏ ਨੇ, ਜੇ ਪਰਚੇ ਰੱਦ ਨਹੀਂ ਕਰਦੇ ਤਾਂ ਅਸੀਂ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਜਿਹੋ ਜਿਹੇ ਸਾਡੇ ਸਾਥ ਦੀ ਲੋੜ ਹੋਈ ਅਸੀਂ ਆਪਣੇ ਸਾਥੀਆਂ ਸਮੇਤ ਇਹਨਾਂ ਦੇ ਸੰਘਰਸ਼ ਦੇ ਵਿੱਚ ਪਹੁੰਚਿਆ ਕਰਾਂਗੇ। ਮੇਰਾ ਨਾਂ ਸੰਦੀਪ ਸਿੰਘ ਰਪਾਲੋ ਆ, ਮੈਂ ਲੋਕ ਚੇਤਨਾ ਲਹਿਰ ਪੰਜਾਬ ਦਾ ਪ੍ਰਧਾਨ ਹਾਂ ਜੀ।
ਪ੍ਰਧਾਨ ਸਾਹਿਬ ਅੱਜ ਧਰਨਾ ਦਿੱਤਾ ਕੁਝ ਦਿਨ ਪਹਿਲਾਂ ਸੁਖਬੀਰ ਬਾਦਲ ਦੇ ਹਾਂ ਕੀ ਕਹੋਗੇ ਉਹਦੇ ਬਾਰੇ? ਦੇਖੋ ਜੀ, ਪਹਿਲਾਂ ਤਾਂ ਜਿਹੜੇ ਉਹ ਪਰਚੇ ਸੀ ਉਹ ਬਿਲਕੁਲ ਨਜਾਇਜ਼ ਨੇ, ਕਿਉਂਕਿ ਕਿਸ ਤਰ੍ਹਾਂ ਦੀ ਵਾਇਲੈਂਸ ਨਹੀਂ ਹੋਈ, ਭੰਨ ਤੋੜ ਨਹੀਂ ਹੋਈ। ਅਕਾਲੀ ਦਲ ਨੇ ਆਪਣੀਆਂ ਕਾਲੀਆਂ ਭੇਡਾਂ ਦੇ ਨਾਲ ਸੰਘਰਸ਼ ਨੂੰ ਬਦਨਾਮ ਕਰਿਆ। ਉਹ ਜਿਹੜੇ ਬਾਛੀ ਵਾਲੇ ਪਰਚੇ ਹੋਏ ਨੇ ਉਹ ਬਿਲਕੁਲ ਝੂਠੇ ਨੇ, ਗਲਤ ਨੇ ਔਰ ਰੱਦ ਹੋਣੇ ਚਾਹੀਦੇ ਨੇ। ਫਿਰ ਅਸੀਂ ਵਿਰੋਧ ਨੂੰ ਹੋਰ ਤਿੱਖਾ ਕਰਾਂਗੇ। ਦਿਨ ਰਾਤ ਦਾ ਮੋਰਚਾ ਚੱਲੂ, ਸਾਰੇ ਪੰਜਾਬ ਦੀਆਂ ਯੂਨੀਅਨ ਆਉਣਗੀਆਂ, ਮਜ਼ਦੂਰ ਤੇ ਕਿਸਾਨ ਯੂਨੀਅਨ ਆਉਣਗੀਆਂ, ਤੇ ਇਸ ਲਈ ਪੂਰੀ ਤਰ੍ਹਾਂ ਇਸ ਸੰਘਰਸ਼ ਨੂੰ ਵੱਡਾ ਕਰਾਂਗੇ। ਜਗਜੀਤ ਸਿੰਘ ਪਰਥਲਾ ਜੀ, ਪਰਥਲਾ ਜੀ, ਤੁਸੀਂ ਅੱਜ ਆਇਆ ਧਰਨੇ? ਹਾਂਜੀ। ਪਰਚਾ ਹੋਇਆ ਤੁਹਾਡੇ ਤੇ ਕੁਝ ਦਿਨ ਪਹਿਲਾਂ, ਕੀ ਕਹੋਗੇ ਉਹਦੇ ਬਾਰੇ? ਉਹਦੇ ਬਾਰੇ ਇਹ ਕਹਿਣਾ ਚਾਹੁੰਦਾ ਜੀ, ਮੈਨੂੰ ਕਹਿੰਦਾ ਜੇ ਨਾ ਦੇਖਿਆ ਮੈਨੂੰ ਉੱਥੇ, ਮੇਰੀ ਵੀਡੀਓ ਦੇਖੀ ਆ ਤਾਂ ਮੇਰੇ 'ਤੇ ਪਰਚਾ ਬਿਹਾ ਜੀ ਦੇ ਦੇਣਾ, ਠੀਕ ਹੈ ਜੀ। ਨਾ ਮੈਂ ਉੱਥੇ ਹੈਗਾ ਸੀ, ਮੈਂ ਬੈਠਾ ਸੀ ਹੋਰ ਪਾਸੇ ਸਮਰਾਲੇ ਬੈਠਾ ਸੀਗਾ ਜੀ, ਅਤੇ ਇਹਨੇ ਨਜਾਇਜ਼ ਮੇਰੇ 'ਤੇ ਪਰਚਾ ਕੀਤਾ। ਅਤੇ ਅਸੀਂ ਪਹਿਲਾਂ ਕਿਸਾਨੀ ਨਾਲ ਹਾਂ, ਨਾ ਕਿ ਪਾਰਟੀ ਨਾਲ ਹਾਂ। ਇਹ ਪਰਚਾ ਜੋ ਰੱਦ ਕੀਤਾ ਤੁਹਾਡਾ ਮਤਲਬ ਕਹਿਣਾ ਤੁਸੀਂ ਉੱਥੇ ਹੈ ਨਹੀਂ ਸੀ? ਨਹੀਂ, ਨਜਾਇਜ਼ ਪਰਚਾ ਕੀਤਾ ਇਹਨਾਂ ਨੇ। ਪਰਮਜੀਤ ਮੈਨੂੰ ਦਿਖਾ ਦੇਵੇ ਵੀ ਮੇਰੀ ਫੋਟੋ ਕਿਤੇ ਦਿਖਾ ਦੇਵੇ। ਜਿਹੜੀ ਇਹ ਗੱਲ ਕਰਦੇ ਨੇ ਵੀ ਉੱਥੇ ਕਾਂਗਰਸ ਪਾਰਟੀ ਦੇ, ਆਮ ਆਦਮੀ ਪਾਰਟੀ ਦੇ ਬੰਦੇ ਜ਼ਿਆਦਾ ਸੀ, ਉਹ ਕੀ ਕਾਰਨ? ਉਹਦੇ ਬਾਰੇ ਮੈਂ ਕਹਿਣਾ ਨਹੀਂ ਚਾਹੁੰਦਾ, ਠੀਕ ਹੈ ਨੀ। ਕੋਈ ਸਾਰੇ ਕਿਸਾਨੀ ਦੇ ਸੀਗੇ ਜੀ ਨਾਲ, ਸਾਰੇ ਕਿਸਾਨੀ ਨਾਲ ਜੁੜੇ ਨੇ, ਚੁੱਕੋ ਕੋਈ ਆਮ ਪਾਰਟੀ ਆ, ਕੋਈ ਕਾਂਗਰਸੀ ਆ, ਪਹਿਲਾਂ ਕਿਸਾਨ ਆ ਉਹਨਾਂ ਨੂੰ। ਤੁਹਾਡਾ ਇਹ ਕਹਿਣਾ ਵੀ ਪਹਿਲਾਂ ਤੁਸੀਂ ਕਿਸਾਨ ਹੋ, ਬਾਅਦ ਕਿਸੇ ਪਾਰਟੀ ਨਾਲ ਜੁੜੇ? ਹਾਂਜੀ ਹਾਂਜੀ, ਠੀਕ ਹੈ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।